ਲਾਜੀ ਪਹਿਲਾ ਮੁਕਾਬਲਾ ਜਿਹੜਾ ਨਿੱਗੂ ਆਖਦੇ ਨੇ ਮੇਰੇ ਵੀਰ ਨੂੰ ਔਰ ਸਾਹਮਣੇ ਮੇਰੇ ਵੀਰ ਨਿੱਗੀ ਨੇ ਜਿਹੜੀ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਜਿਹੜਾ ਵੋਟਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਹ ਮੇਰੇ ਵੀਰ ਸੈਮੀ ਫਾਈਨਲ ਮੁਕਾਬਲੇ ਜਿਹੜੇ ਤੁਹਾਡੇ ਸਾਹਮਣੇ ਸ਼ੁਰੂ ਹੋ ਗਏ ਤੇ ਮੇਰੇ ਵੀਰ ਪਾਈ ਹੋਈ ਕਬੱਡੀ ਟੀਮਾਂ ਆਖਦੇ ਨੇ ਸੋਹਣੀ ਖੇਡ ਦਾ ਮਾਲਕ ਸਾਹਮਣੇ ਮੈਂ ਦੇਖ ਰਿਹਾ ਪਵਨ ਰਾਤੇ ਵਾਲਾ ਖੜਾ ਇਹਨੂੰ ਯਾਦਾਂ ਆਖਦੇ ਨੇ ਮੇਰੇ ਵੀਰੋ ਸੋਹਣੀ ਖੇਡ ਦਾ ਮਾਲਕ ਮੇਰੇ ਵੀਰੋ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਆ ਗੱਭਰੂ ਨੂੰ ਪੂਰੀ ਦੁਨੀਆ ਜਾਣਦੀ ਹੈ ਜਿੱਥੇ ਗਰਲਾਲ ਘਨੌਰ ਦਾ ਨਾਂ ਚੱਲਦਾ ਉੱਥੇ ਗਰਲਾਲ ਜਲਾਲਪੁਰੀ ਦੀ ਵੀ ਮੇਰੇ ਵੀਰੋ ਬੱਲੇ ਬੱਲੇ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਰ ਸਾਲ ਕਹਿੰਦੇ ਨੇ ਵੀ ਜਲੰਧਰ ਜ਼ਿਲ੍ਹੇ ਵੱਲੋਂ ਕਬੱਡੀ ਦੀ ਜਿਹੜੀ ਟੀਮ ਜਾਂਦੀ ਹੈ ਇਹ ਗਿਆਨੀ ਮੇਰੇ ਵੀਰੋ ਬੂਟਾ ਨਰੰਗ ਸਿੰਘ ਵਾਲੀ ਹੈ ਧੰਦੇ ਵੀਰ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਮਿੱਟੀ ਨੇ ਭਰਿਆ ਬਾਲਟੀਆਂ ਖਤਮ ਹੋ ਗਈਆਂ ਥੋੜਾ ਥੋੜਾ ਰਹਿ ਗਿਆ ਪਾਣੀ ਜਿਹੜਾ ਗ੍ਰਾਮ ਚ ਪਹੁੰਚਦਾ ਕੀਤਾ ਜਾਵੇ ਪੀਣ ਵਾਲਾ ਪਾਣੀ ਪੁੱਜੇ ਪੀਣ ਵਾਲਾ ਲਾਦੀ ਸਾਹਮਣੇ ਗੁਰਵਿੰਦਰ ਸੋਹਣੀ ਖੇਡ ਦਾ ਮਾਲਕ ਮੇਰੇ ਵੀਰ ਜੱਟਾਂ ਦੇ ਪੁੱਤ ਪਟੰਦਰ ਖੜੇ ਸੀ ਬੜੇ ਸਿਕੰਦਰ ਆ ਵੇਖਣੀ ਹੈ ਕਿ ਫਿਰ ਸਾਡਾ ਵੀਰ ਨੱਕਣ ਦੀ ਕੋਸ਼ਿਸ਼ ਕਰਦਾ ਹੋਇਆ ਜਿੱਦਾਂ ਪਰ ਟੂਟ ਨਸਲ ਪਰ ਆਖਦੇ ਨੇ ਹੁੰਦੇ ਧੱਬੇ ਦੀ ਧਰਤੀ ਦਾ ਕਹਿੰਦੇ ਮੰਗ ਦੇ ਦੀਵਾਨਾ ਜਿਹੜੇ ਯਾਰਾਂ ਦੇ ਲਈ ਇਹੀ ਅਣ ਖੜਦੇ ਭਰਾਵਾਂ ਦੇ ਲਈ ਬੇਈਮਾਨੀ ਸਦਾ ਨਹੀਂ ਉਹ ਕਰਦੀ ਚੜ੍ਹਾਈ ਇਮਾਨਦਾਰੀ ਸਦਾ ਹੀ ਦਿਆਉਂਦੀ ਰਹਿੰਦੀ ਹੈ ਤੱਕਦੇ ਨੇ ਸਾਰੇ ਘਰ ਬੰਦ ਮੁੱਠੀਆਂ ਜਦ ਨਿਹਾਲੂ ਵਾਲੀ ਕਲਜੀਤੇ ਦੀ ਸੁਖਿਆ ਰੇਡ ਪੈਂਦੀ ਹੈ ਜਦ ਕਲਜੀਤੇ ਦੀ ਰੇਡ ਪੈਂਦੀ ਹੈ ਇੱਧਰ ਮੇਰੇ ਵੀਰੋ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਜੱਫਾ ਲਾ ਦਿੱਤਾ ਮੇਰੇ ਵੀਰੋ ਨਾ ਸੁਖਿਆ ਨਾ ਹੀ ਰੀਸਾਂ ਤੇਰੀਆਂ ਨਾ ਸੋਹਣੀ ਖੇਡ ਦਾ ਮਾਲਕ ਮੇਰੇ ਵੀਰੋ ਜੱਫਾ ਲਾ ਕੇ ਆਪਣੀ ਨਿੱਕੂ ਮੇਰੇ ਵੀਰੋ ਕੌਡੀ ਕੌਡੀ ਕਰਦਾ ਮੈਂ ਕੌਡੀ ਜੋਗਾ ਰਹਿ ਗਿਆ ਜਾਨ ਜਾਨ ਕਹਿੰਦਾ ਸੀ ਤੇ ਜਾਨ ਕੱਢ ਲੈ ਗਿਆ ਪਤਾ ਵੀ ਨਾ ਲੱਗਾ ਕਦੇ ਦਿਲ ਦੇ ਹੋ ਗਏ ਅਸੀਂ ਉਹਨਾਂ ਜੋਗੇ ਉਹ ਕੌਡੀ ਜੋਗੇ ਹੋ ਗਏ ਅਸੀਂ ਉਹਨਾਂ ਜੋਗੇ ਉਹ ਕੌਡੀ ਜੋਗੇ ਹੋ ਗਏ ਬੂਟੇ ਨਰੰਗ ਵਾਲੀਆਂ ਨੂੰ ਟੱਚ ਕੀਤਾ ਪੁਆਇੰਟ ਰੇਡਰ ਦਾ ਸਾਹਮਣੇ ਕਹਿੰਦੇ ਨੇ ਵੀ ਫਿਰ ਸਾਡੇ ਵੀਰ ਕਬੱਡੀ ਪਾਉਂਦਾ ਹੋਇਆ ਦੀਪਾ ਦੀਪੇ ਨੇ ਕਬੱਡੀ ਪਾ ਦਿੱਤੀ ਸੋਹਣੀ ਖੇਡ ਦਾ ਮਾਲਕ ਮੇਰੇ ਵੀਰੋ ਹੈਲੋ 35 ਕਿਲੋ ਭਾਰ ਦੀਆਂ ਜਿਹੜੀਆਂ ਟੀਮਾਂ ਖੇਡੀਆਂ ਗਈਆਂ ਕਲਾਰਾ ਵਾਸਤੇ ਸੋਹਣੀ ਦੋਨੇ ਟੀਮਾਂ ਸਟੇਜ ਦੇ ਸੰਪਰਕ ਕਰ 35 ਕਿਲੋ ਭਾਰ ਦੀ ਲਾਓ ਜੀ ਸਾਹਮਣੇ ਕਹਿੰਦੇ ਨੇ ਵੀ ਬਰਲਾਲ ਕਬੱਡੀ ਪਾਉਣ ਦੇ ਲਈ ਅੱਗੇ ਵਧਿਆ ਹੋਇਆ ਅੱਗੇ ਚਾਰ ਖਿਡਾਰੀ ਖੜੇ ਨੇ ਮੇਰੇ ਵੀਰੇ ਬਹੁਤ ਹੀ ਵਧੀਆ ਸੁਪਰ ਸਟਾਰਾਂ ਦੇ ਵਿੱਚ ਨਾਂ ਹੈ ਮਨੀ ਮਸੀਅਮ ਨਾਲ ਹੀ ਮੇਰੇ ਵੀਰੇ ਵਿੱਕੀ ਹੈ ਹਰ ਚੁਣੇ ਦੇ ਹੱਥ ਮੇਰੇ ਵੀਰੇ ਨੀਲਾ ਕੱਛਾ ਔਰ ਚੜ੍ਹਦੀ ਜਵਾਨੀ ਦੇ ਵਿੱਚ ਅੰਕ ਜਿਹੜਾ ਲੀਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਕੌਡੀ ਕੌਡੀ ਕਰਕੇ ਜਦ ਰੇਡਾ ਪਾਵਾਂ ਮੈਂ ਫੁਰਤੀ ਦੇ ਨਾਲ ਖੇਡਾਂ ਕਿਸੇ ਦੇ ਹੱਥ ਨਹੀਂ ਆਵਾਂ ਮੈਂ ਪੰਡੀ ਤੱਕ ਦੇ ਰੋਡ ਹੈ ਨੀ ਪੱਲੀਏ ਯਾਰਾਂ ਦੀ ਖੇਡ ਕਬੱਡੀ ਬਣ ਗਈ ਹੁਣ ਜ਼ਿੰਦਗੀ ਯਾਰਾਂ ਦੀ ਨਾ ਸੁਖਿਆ ਨਾਲ ਵੀ ਪਾਣੀ ਨਹੀਂ ਆਇਆ ਗਰਾਊਂਡ ਦੇ ਵਿੱਚ ਇਹ ਬੇਨਤੀ ਹੈ ਨਾਲ ਹੀ ਸਾਡੇ ਕਲੱਬ ਵੱਲੋਂ ਬੇਨਤੀ ਹੈ ਚਰਨਜੀਤ ਸਿੰਘ ਚੰਨੇ ਵੱਲੋਂ ਬੇਨਤੀ ਹੈ ਢਿੱਲੂ ਭਰਾ ਕਾਟੀਆਂ ਵਾਲੇ ਯੂਕੇ ਤੋਂ ਆਏ ਨੇ ਜਿਨ੍ਹਾਂ ਨੇ ਦਾਸ ਨੂੰ ਵੀ ਬੜਾ ਮਾਣ ਦਿੱਤਾ ਲੜਕੀਆਂ ਦੀ ਟੀਮ ਦੇ ਲਈ ਵੀ ਬਹੁਤ ਸਾਰੇ ਮਾਣ 500 ਦੀਆਂ ਗੱਲਾਂ ਕਰ ਗਏ ਨੇ ਸੋ ਇਹਨਾਂ ਨੂੰ ਬੇਨਤੀ ਹੈ ਕਲੱਬ ਵੱਲੋਂ ਕਿ ਸਾਨੂੰ ਦੱਸੇ ਤੋਂ ਬਿਨਾਂ ਨਾ ਜਾਣ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਕਰਨਾ ਪ੍ਰਬੰਧ ਕਲੱਬ ਨੇ ਬੇਨਤੀ ਹੈ ਮੋਮ ਸਪਰੇ ਪ੍ਰਧਾਨ ਨਰਿੰਦਰ ਸਿੰਘ ਜੀ ਮੋਮ ਸਪਰੇ ਬਾਈ ਕਾਂਟੇ ਚੱਲ ਵੀ ਸਜਣਾ ਤਾਂ ਫਿਰ ਕਬੱਡੀ ਪਾਉਂਦਾ ਹੋਰ ਸੋਹਣੀ ਕਬੱਡੀ ਦਾ ਮਾਲਕ ਮੇਰੇ ਵੀਰੇ ਨਿੱਕੂ ਕਬੱਡੀ ਪਾਵੇਗਾ ਅਸੀਂ ਤਲੀਏ ਚੋਗ ਚਗਾਉਂਦੇ ਰਹੇ ਉਹਨਾਂ ਨਾਲ ਉਹ ਵਾਰੀ ਲਾਉਂਦੇ ਰਹੇ ਉਹ ਉੱਡਣ ਜੋਗੇ ਹੋ ਗਏ ਤੇ ਝੱਟ ਉਡਾਰੀ ਮਾਰ ਗਏ ਸੁਖਿਆ ਸਾਡੀ ਕਿਸਮਤ ਮਾੜੀ ਸੀ ਉਹ ਅਸੀਂ ਜਿੱਤੀ ਬਾਦੀ ਹਾਰ ਗਏ ਮਿੱਟੀ ਨੇ ਢਾਉ ਮਾਰੀ ਹੈ ਪਰ ਪੁਆਇੰਟ ਰੇਡਰ ਦਾ ਅਗਲੀ ਕਬੱਡੀ ਫਿਰ
अगे बढ़ता हुआ सोहनी खेड का प्रदर्शन करता हुआ लाडली साढ़े बात ही सत्कार योग कादियां ढिलो भरावान की तरफ जिते पहला बहुत सारा माल आया बोले तो खुश होके उसे 500 रुपया होर भेजते ने मैं बहुत बहुत धन्यवाद करता प्रबंध कमेटी की तरफ बाल सजना नहीं हिस्सा बहुत ही सोहना जरा वफा इस वक्त लभ्या अपनी टीम के लिए लग चुका है ना ही मेरे भीर ढिलो भरावान वालों 1000 रुपया पवन मेरा वीर पहली कंगी ते खड़ा नजर आ रहा है 1000 रुपया जगे वीर वालों 100 रुपया जाफी दे लई है लाडी साडा लपे वीर दे लई चन्ना कबड्डी खिलाड़ी मेरे वीर फिर बाहर भेजता है लाडी सामने कैंप दे विच सोनू ने कबड्डी पाई आवे सोखे नू मेरे वीर जफे तो खुश होके जगदा साडा वीर बड़ा मार भेजदा है सोखे दे लई ਕੱਲ ਵੀ ਸਜਣਾ ਬਾਫਰ ਕਬੱਡੀ ਸਾਹਮਣੇ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਸੋਨੂ ਕਹਿੰਦੇ ਰੱਬ ਮਿਹਰ ਕਰੇ ਵੀਰ ਭੈਣ ਭਰਾਵਾਂ ਤੇ ਰੱਬ ਮਿਹਰ ਕਰੇ ਰੱਬ ਵਰਗੀਆਂ ਮਾਵਾਂ ਤੇ ਜਿੱਥੇ ਪੈਦਾ ਹੋਏ ਅਨਮੋਲ ਹੀਰੇ ਖੇਡਾਂ ਖੇਡਦੇ ਕਬੱਡੀ ਸੁੱਖੇ ਗੜਿਆਲ ਵਾਲਿਆ ਦੇਸ਼ਾਂ ਵਿਦੇਸ਼ਾਂ ਚ ਵੱਜਦੀ ਰਹੇ ਕਬੱਡੀ ਇਹ ਲੱਲੇ ਨਾਲ ਲੱਭਾ ਜਿੱਥੇ ਖਿਆਲਾਂ ਵਿੱਚ ਦਿਲ ਖੋਇਆ ਰਹਿੰਦਾ ਸੁਣਿਆ ਲੱਭਾ ਯਾਰੇ ਗਰਾਉਂਡਾਂ ਵਿੱਚ ਰਹਿੰਦਾ ਏ ਮਿੱਠੇ ਮਿੱਠੇ ਬੋਲਾਂ ਨਾਲ ਜਦੋਂ ਵੀਰੇ ਵੀਰੇ ਕਹਿੰਦਾ ਏ ਸਾਰਿਆਂ ਨੇ ਖੇਚ ਲੱਭੇ ਦੇ ਲਈ ਪੰਗਾ 100 ਰੁਪਇਆ ਲੱਭੇ ਦੇ ਲਈ ਨਾਲ ਸਾਹਮਣੇ ਕਹਿੰਦੇ ਨੇ ਵੀ ਗੁਰਵਿੰਦਰ ਨੇ ਕਬੱਡੀ ਪਾ ਦਿੱਤੀ ਪਵਨਿਆ 1000 ਰੁਪਇਆ ਢਿਲੋ ਭਰਾਵਾਂ ਵੱਲੋਂ ਹੈ 1000 ਬਾਪੂ ਗਾਂਧੀ ਆ ਨਹੀਂ ਉਹ ਹਿੱਸਾ सोहनी खेड का मालक पादा हुआ कबड्डी बाल सजना खेड का कबड्डी देखो पुत जग का हाथ लग के आंदा यार धूड़ा पटदा इधर कहते ने भी रख गोडिया थले ले लिए मित्रे मूहरे जड़ा अड़ता मैं पुत पंजाबी हाँ रहा कौटी कौटी करता वाह जिंदरा जिंदर आखते ने मेरे भी सुजाफी में इस वक्त कोशिश आ रही है जिंदर दे लई है भाई जी बड़े माण ये नोट कर लियो सोनू ने फिर कबड्डी पा दिती है कहते किसी की मजबूरी तेवें नहीं हसी का दिल वाला दुख यार गैर नहीं दसी का ठग न सामने पई हुई कबड्डी मेरे वीरे हर लगे हुए जफे का मुल मुड़ेगा सोनी खेड का प्रदर्शन दे रहे सामने कहते ने भी बब्बू होया की धरती का इस वक्त कबड्डी शरीर है मेरे भी इस खिलाड़ी का अपनी कला का मुजहरा करता हुआ कहते पिठ पिछे करजे बार ये बलवान नहीं हुक्म जोर से खेल पलवानी कहते जिन्होंने
ਖੜਖੜ ਵੇਖਣ ਢਿੱਲੋ ਸਾਵੇ ਉਹਨੂੰ ਜਵਾਨੀ ਕਹਿੰਦੇ ਨੇ ਜਿਹਨੂੰ ਲੋਕੀ ਖੜਖੜ ਵੇਖਣ ਉਹਨੂੰ ਜਵਾਨੀ ਕਹਿੰਦੇ ਨੇ ਵਾਹ ਕੋਸ਼ਿਸ਼ ਕੀਤੀ ਮੇਰੇ ਵੀਰੇ ਪਰ ਜਿਹੜੀ ਕੋਸ਼ਿਸ਼ ਹੈ ਕਾਮਯਾਬ ਨਹੀਂ ਹੋਇਆ ਸਾਡਾ ਵੀਰ ਵਿੱਕੀ ਨਾ ਜੀ ਸਰਦਾਰ ਬਲਵੀਰ ਸਿੰਘ ਜੀ ਬੋਲਣ ਤੋਂ ਪੁੱਛੋਗੇ ਵੱਡਾ ਸਾਡੀ ਮੱਲੀਆਂ ਕਲੱਬ ਦੀ ਪੰਚੀ ਉੱਡੋਵਾਲ ਦੀ ਜਿਹੜੀ ਟੀਮ ਪਹੁੰਚ ਚੁੱਕੀ ਹੈ ਨਾਲ ਹੀ ਮੇਰੇ ਵੀਰੇ ਗੁਰਲਾਲ ਨਿੱਕਾ ਆਖਦੇ ਨੇ 200 ਰੁਪਈਆ ਚਰਨਜੀਤ ਕਹਿੰਦਾ ਵੀ ਜਿਹੜਾ ਇਹਨੂੰ ਜੱਫਾ ਲਾਵੇਗਾ ਮੈਂ ਦੇਵਾਂਗਾ ਇਹ ਮੇਰੇ ਵੀਰੇ ਮੰਗੀ ਦਾ ਏਰੀਆ ਜਿਹਨੇ ਪਹਿਲੀ ਵਾਰ ਵਰਲਡ ਕਬੱਡੀ ਕੱਪ ਦੇ ਵਿੱਚ ਕਪਤਾਨੀ ਕਰਕੇ ਦੁਨੀਆਂ ਦਾ ਨਹੀਂ ਪੂਰੇ ਪੰਜਾਬ ਦਾ ਨਹੀਂ ਪੂਰੇ ਵਰਲਡ ਦਾ ਨਾਮ ਚਮਕਾਇਆ ਮੁੰਡਾ ਸਾਹਮਣੇ ਕਹਿੰਦੇ ਨੇ ਵੀ ਪਾਉਣਿਆ 1000 ਮੇਰਾ ਖਰਾ ਖਰਾ ਹੋਵੇ 1000 ਢਿੱਲੋਂ ਭਰਾਵਾਂ ਦਾ ਦਿਲ ਆ ਗਿਆ ਪਾਉਣਿਆ 2-5-5 ਸੌ ਦੇ ਖੱਟੇ ਰੰਗ ਦੇ ਖੱਟੇ ਰੰਗ ਦੇ ਹੱਥੇ ਰੱਖ ਪਾ ਜੱਫੀਆਂ ਦਿਲਦਾਰ ਵਾਹ ਤਾੜੀਆਂ ਮਾਰਦੇ ਬਣ ਗਈ 1000 11 ਸੌ ਦਾ ਜੱਫਾ ਹੋ ਗਿਆ ਲਾ ਜੀ ਸਾਹਮਣੇ ਕਹਿੰਦੇ ਨੇ ਵੀ ਫਿਰ ਸਾਡਾ ਵੀਰ ਸੋਢੂ ਹੁੰਦੇ ਢੱਡੇ ਦੀ ਧਰਤੀ ਦਾ ਕਬੱਡੀ ਪੈਦਾ ਹੋਇਆ ਸਾਹਮਣੇ ਦੇਖਣਾ ਵੀ ਲੱਭਾ ਸਾਡਾ ਵੀਰ ਸੋਹਣੀ ਖੇਡ ਦਾ ਮਾਲਕ ਹੈ ਔਰ ਕਹਿੰਦੇ ਨੇ ਵੀ ਵਿੱਕੀ ਨੇ ਜਿਹੜੀ ਕੋਸ਼ਿਸ਼ ਕੀਤੀ ਹੈ ਬੈਟ ਵਿਸ਼ੇਸ਼ ਤੌਰ ਤੇ ਬਣਦੇ ਨੇ ਪਾਉਣ ਦੇ ਲਈ 2000 ਰੁਪਇਆ ਭੇਜਦੇ ਨੇ ਪਾਉਣ ਦੇ ਲਈ ਢਿੱਲੋਂ ਬ੍ਰਦਰ 2000 ਰੁਪਇਆ ਪਵਨ ਦੇ ਲਈ ਚਰਨਜੀਤ ਚੰਨਾ ਜੀ ਕਹਿੰਦੇ ਭੇਜਦੇ ਨੇ ਸਾਡੇ ਸੁਖਦੇਵ ਸਿੰਘ ਜੀ ਪੰਜਾਬ ਪੁਲਿਸ ਵਾਲੇ ਮੰਡਿਆਲੇ ਵਾਲੇ 24 ਤਰੀਕ ਦੀਆਂ ਡੇਟਾਂ ਖੇਡਾਂ ਪਿੰਡ ਮੰਡਿਆਲੇ ਦੀਆਂ ਦਾਸ ਨੇ ਵੀ ਇੱਥੇ ਪਹੁੰਚਣਾ ਸਾਰੀ ਸੰਗਤ ਨੂੰ ਬੇਨਤੀ ਵੀ 24 ਤਰੀਕ ਨੂੰ ਮੰਡਿਆਲੇ ਸਾਰਿਆਂ ਨੇ ਪਹੁੰਚਣਾ ਉੱਥੇ ਸਾਡੇ ਦਰਸ਼ਨ ਕਰਾਂਗੇ ਲਾ ਦੀ ਸਾਹਮਣੇ ਕਹਿੰਦਾ ਜਿਹੜੇ ਤਕੜੇ ਰੇਡਰ ਨੂੰ ਜੱਫਾ ਲਾਵੇ ਉਹਨੂੰ ਪਤੰਦਰ ਕਹਿੰਦੇ ਨੇ ਜਿਹੜਾ ਮਾਰਚ ਜਿੱਤ ਕੇ ਦਿਖਾਵੇ ਉਹਨੂੰ ਸਿਕੰਦਰ ਕਹਿੰਦੇ ਨੇ ਨਮਾਜੀਪੁਰਾ 8 ਪੁਆਇੰਟ ਨੇ ਸਿੰਗੜਾ ਦੇ 22.5 ਪੁਆਇੰਟ ਨੇ ਕਿਲੋ ਦੇ ਵਿੱਚ 11000 ਤੇ 8000 ਹੈ ਕਬੱਡੀ ਓਪਨ ਦੇ ਵਿੱਚ 31000 ਤੇ 25000 ਖੇਡਾਂ ਪਿੰਡ ਮੜਿਆਲੇ ਦੀਆਂ ਮੇਰੇ ਵੀਰੋ ਸਰਦਾਰ ਸੁਖਦੇਵ ਸਿੰਘ ਜੀ ਹਾਲਦਾਰ ਪਹੁੰਚੇ ਨੇ ਤਰੀਕਾਂ ਨੋਟ ਕਰ ਲਓ ਆਉਣ ਵਾਲੀ 24 ਤਰੀਕ ਇਹ ਹੈ ਪਵਨ ਪੁੱਤਰ ਹਨੁਮਾਨ ਪਵਨ ਵੀ ਖੁੱਲ ਗਿਆ ਬਾਈ ਜੀ ਲਾਤਾ ਜੱਫਾ ਫੇਰ ਬਾਹਰ ਸੱਜਣਾ ਇੱਕੋ ਤੇਰਾ ਲੱਖ ਵਰਗ ਮਾਘੀ ਮੋੜ ਕੇ ਜੇਬ ਵਿੱਚ ਪਾ ਲੈ ਇੱਕੋ ਤੇਰਾ ਲੱਖ ਵਰਗ ਲਾ ਜੀ ਸਾਹਮਣੇ ਨਿੱਕੂ ਕਬੱਡੀ ਪਾਉਂਦਾ ਹੋਇਆ ਕਹਿੰਦੇ ਨੇ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦਾ ਠੰਡੇ ਸੁਭਾਅ ਦਾ ਸੀਟੀਆਰ ਇਹਦੀ ਕਾਉਂਟੀ ਨਾਲ ਪ੍ਰੀਤੀਆਰ ਇਹ ਕਬੱਡੀ ਪਾਉਂਦਾ ਹੋਇਆ ਨਿੱਕੂ ਹੈ ਦੂਜੇ ਪਾਸੇ ਲੱਭਾ ਨਿੱਕੀ ਹੈ ਮਨੀ ਆਖਦੇ ਨੇ ਇਸ ਖਿਡਾਰੀ ਨੂੰ ਮਨੀ ਲਾਸੀਆ ਵਾਲਾ ਫੜਿਆ ਹੋਇਆ ਗੱਡਾ ਔਰ ਪੁਆਇੰਟ ਮੇਰੇ ਵੀਰੇ ਹੰਡਿਆਂ ਦੇ ਨੇੜੇ ਆ ਕੇ ਇਹ ਨਿੱਕੇ ਦੇ ਹਿੱਸੇ ਦੇ ਵਿੱਚ ਵੱਡਾ ਹੋਇਆ ਬ੍ਰਦਰ ਜੀ ਹੋਰ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਯਾਰਾਂ ਦੇ ਨੇ ਯਾਰ ਦਿਲੋ ਕਰਦੇ ਪਿਆਰ ਜਿੱਥੇ ਯਾਰ ਖੜਦੇ ਘਰ ਘਰ ਨਾ ਜੰਮਣ ਪੁੱਤ ਮਾਵਾਂ ਢਿੱਲੋਂ ਬ੍ਰਦਰ ਵਰਗੇ ਘਰ ਘਰ ਨਾ ਜੰਮਣ ਪੁੱਤ ਮਾਵਾਂ ਢਿੱਲੋਂ ਬ੍ਰਦਰ ਵਰਗੇ ਕਾਟੀਆਂ ਦੇ ਯੁੱਗੋ ਤੇ ਪਹੁੰਚੇ ਨੇ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋਣਾ ਅੱਜ ਇਹਨਾਂ ਦਾ ਲਾ ਜੀ ਸਾਹਮਣੇ ਕਹਿੰਦੇ ਨੇ ਵੀ ਬਾਪੀ ਸੋਹਣਾ ਜਿਹੜਾ ਇਸ ਵਕਤ ਜੱਫਾ ਲਾ ਦਿੱਤਾ ਮੇਰੇ ਵੀਰ ਨੇ ਜਿੰਦਰ ਆਖਦੇ ਨੇ ਕਿਤੇ ਜਿੰਦਰ ਢੱਡਾਂ ਦੀ ਧਰਤੀ ਦਾ ਆਹ 200 ਰੁਪਇਆ ਚੰਨੇ ਲੋਖਾ ਜਿਹੜਾ ਗੁਰਲਾਲ ਨੂੰ ਜੱਫਾ ਲਾਵੇਗਾ 500 ਰੁਪਇਆ ਹੋ ਗਿਆ ਬਾਈ ਜੀ ਜਿਹੜਾ ਵੀ ਗੁਰਲਾਲ ਨੂੰ ਜੱਫਾ ਲਾਵੇਗਾ 500 ਰੁਪਈਏ ਦਾ ਸਪੈਸ਼ਲ ਇਨਾਮ ਦਿੱਤਾ ਜਾਵੇਗਾ ਵਾਹ ਜੁੜ ਗਏ ਨੇ ਹੱਥ ਮੇਰੇ ਵੀਰੇ ਸੋਹਣੀ ਖੇਡ ਦਾ ਮਾਲਕ ਮੇਰੇ
ਆਖਦੇ ਵੀਰੇ ਲਾਜ ਆਖਦੇ ਨੇ ਪਰ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਕਹਿੰਦੇ ਮੌਤ ਤੁਹਾਨੂੰ ਪੁੱਛਿਆ ਜ਼ਿੰਦਗੀ ਨੇ ਜਗਿੰਦਰ ਸਿੰਘ ਪਹਿਲਵਾਨ ਸਾਧਕ ਤੌਰ ਤੋਂ ਸਟੇਜ ਤੇ ਸੰਪਰਕ ਕਰ ਜਗਿੰਦਰ ਸਿੰਘ ਪਹਿਲਵਾਨ ਸਾਧਕ ਤੌਰ ਤੋਂ ਕਬੱਡੀ ਪਾਉਂਦਾ ਹੋਇਆ ਸਾਹਮਣੇ ਰਾਜ ਮੇਰੇ ਵੀਰੋ ਜਿੰਦਰ ਟੁੱਟ ਕੇ ਪਾਉਣ ਦੀ ਕੋਸ਼ਿਸ਼ ਕਰਦਾ ਆ ਮੇਰੇ ਵੀਰੋ ਪਵਨ ਦੇ ਨਾਲ ਫਿਰ ਹੱਥ ਜੋੜੀ ਹੋ ਗਈ ਹੈ 4000 ਰੁਪਇਆ ਢਿੱਲੋ ਭਰਾਵਾਂ ਵੱਲੋਂ ਦਿੱਤਾ ਗਿਆ ਇਹਨੂੰ ਆ ਸਾਹਮਣੇ ਸੋਨੂ ਮੌਨੀ ਹੈ ਮੌਤ ਕਹੇ ਜਿਹੜਾ ਮੈਨੂੰ ਭੁੱਲ ਜਾਂਦਾ ਮੈਂ ਉਸੇ ਤੇ ਕਹਿਰ ਕਮਾਉਣੀ ਹੈ ਜਿਹੜਾ ਮੈਨੂੰ ਯਾਦ ਰੱਖਦਾ ਮੈਂ ਉਸ ਦੇ ਨੇੜ ਨਹੀਂ ਆਉਣੀ ਹੈ ਅਣਹੋੜੀ ਨੂੰ ਮੈਂ ਹੋੜੀ ਕਰਦਿਆਂ ਜਦ ਆਪਣੀ ਆਈ ਤੇ ਆਉਣੀ ਹੈ ਮੌਤ ਨੂੰ ਪੁੱਛਿਆ ਜ਼ਿੰਦਗੀ ਨੇ ਤੂੰ ਕਾਹ ਤੋਂ ਕਹਿਰ ਕਮਾਉਣੀ ਹੈ ਲੱਲੇ ਨਾਲ ਲੱਭ ਸੱਸੇ ਨਾਲ ਸੋਨੂ ਹੈ ਆਹ ਪੁਆਇੰਟ ਜਿਹੜਾ ਸੋਨੂ ਹੰਡਰ ਧੱਬੇ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਾਹਮਣੇ ਕਹਿੰਦੇ ਨੇ ਵੀ ਕਲਦੀਪਾ ਆਖਦੇ ਨੇ ਮੇਰੇ ਵੀਰ ਇਸ ਖਿਡਾਰੀ ਨੂੰ ਵਾਹ ਦੂਜੇ ਪਾਸੇ ਸਿੱਖੋ ਕਹਿੰਦੇ ਨੇ ਵੀ ਸੋਖੇ ਨੇ ਕੋਸ਼ਿਸ਼ ਕੀਤੀ ਤੇ ਪੁਆਇੰਟ ਕਲਦੀਪ ਦਾ ਨਿੱਕੂ ਖਾਂਦੇ ਮੁਰਗੇ ਪੀਂਦੇ ਦਾਰੂ ਜੱਟਾਂ ਦੇ ਸ਼ੌਕ ਅਵੱਲੇ ਦੇ ਜਿਹੜੇ ਪਾਸੇ ਮਰਜ਼ੀ ਦੇਖ ਲਓ ਇਹਨਾਂ ਦੀ ਬੱਲੇ ਬੱਲੇ ਹੈ ਕ੍ਰਿਕਟ ਕਬੱਡੀ ਹਾਕੀ ਦੇ ਵਿੱਚ ਇਹਨਾਂ ਧੰਮਾ ਪਾਈਆਂ ਨੇ ਪੰਜਾਬੀਆਂ ਦੀ ਸ਼ਾਨ ਵੱਖਰੀ ਚੰਨਿਆ ਜਿੱਥੇ ਖੜਦੇ ਰੌਣਕਾਂ ਲਾਈਆਂ ਨੇ ਪੰਜਾਬੀਆਂ ਦੀ ਸ਼ਾਨ ਵੱਖਰੀ ਵਾਹ ਇਹ ਪੁਆਇੰਟ ਜਿਹੜਾ ਵਿੱਕੀ ਦੇ ਲਈ 100 ਰੁਪਇਆ ਚੰਨੇ ਨੂੰ 100 ਰੁਪਇਆ ਜੱਗੇ ਨੂੰ 100 ਰੁਪਇਆ ਵਰਤਾਰ ਸਿੰਘ ਮੋਸੇ ਵੱਲੋਂ ਵਿੱਕੀ ਦੇ ਲਈ 100 ਰੁਪਇਆ ਮੰਗਾ ਇਟਲੀ ਵੱਲੋਂ ਨਾ ਜੀ ਅਗਲੀਆਂ ਜਿਹੜੀਆਂ ਟੀਮਾਂ ਨੇ ਮੱਲੀਆਂ ਦੀ ਟੀਮ ਆ ਗਈ ਜੀ ਵਿੱਚ ਮੱਲੀਆਂ ਨਹੀਂ ਜੀ ਮੱਲੀਆਂ ਦੀ ਟੀਮ ਨਹੀਂ ਆਈ ਮੱਲੀਆਂ ਲਾ ਜੀ ਸਾਹਮਣੇ ਕਹਿੰਦੇ ਨੇ ਵੀ 500 ਰੁਪਇਆ ਗੁਰਲਾਲ ਦੇ ਗੁੱਟ ਨਾਲ ਬੱਧਾ ਹੋਇਆ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਵੀ ਕਲੀ ਪਾ ਦੇਵੇ ਕਲੀ ਵਾਲਾ ਵੀਰ ਵਿੱਕੀ ਨਹੀਂ ਉਹ ਹਿੱਸਾ ਬਹੁਤ ਸੋਹਣਾ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਬਹੁਤ ਹੀ ਵਧੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਚੱਲ ਸੱਜਣਾ ਤਾਂ ਫਿਰ ਅਗਲੀ ਕਬੱਡੀ ਗੁਰਵਿੰਦਰ ਬੇਨਤੀ ਹੈ ਜੇ ਕਿਸੇ ਨੇ ਲੰਗਰ ਛੱਡਣਾ ਹੋਵੇ ਤਾਂ ਛੱਡ ਸਕਦਾ 10 ਮਿੰਟ ਬਾਅਦ ਲੰਗਰ ਬੰਦ ਕੀਤਾ ਜਾਣਾ ਲਾਲ ਜੀ ਮਨਵੀਰ ਸਿੰਘ ਜੀ ਮਡਿਆਲੇ ਵਾਲਾ ਕਹਿੰਦੇ ਨੇ ਵੀ ਮੰਨਣ ਦੇ ਵਿੱਚ ਅੱਜ ਕੁਸ਼ਤੀਆਂ ਚੱਲਦੀਆਂ ਹੈ ਮੰਨਣ ਪਿੰਡ ਦੇ ਵਿੱਚ ਅੱਜ ਪਹਿਲਾ ਨੰਬਰ ਮਨਵੀਰ ਨੇ ਲਾ ਦਿੱਤਾ ਹੈ ਗੁਰਜ ਜਿੱਤੇ ਹੈ ਪਹਿਲਵਾਨਾਂ ਦੀ ਪਹਿਲਵਾਨੀ ਦੀ ਇੱਧਰ ਲੱਭਾ ਲੱਭਾ ਇਹਨੂੰ 100 ਰੁਪਇਆ ਜੱਗੇ ਵੱਲੋਂ ਦਿੱਤਾ ਜਾਂਦਾ ਹੈ 100 ਰੁਪਇਆ ਹੀ ਵਰਤਾਵਰ ਸਿੰਘ ਨੂੰ ਯੂਐਸਏ 100 ਰੁਪਇਆ ਹੀ ਬਾਈ ਦੀ ਮੰਗਾ ਇਟਲੀ ਮੰਗਿਆ ਚੁੱਪ ਕਰਕੇ ਨਾ ਖੜਾ ਕਰੋ ਹਾਂ ਨਾਲ ਚੰਨਾ ਵੀ ਆ ਜਾਓ ਜਿਹੜੇ ਇੱਥੇ ਖੜ ਗਏ ਬਸ ਖੜ ਗਏ ਲਾ ਜੀ ਸਾਹਮਣੇ ਪਈ ਹੋਈ ਕਬੱਡੀ ਕਹਿੰਦੇ ਵੀ ਸੋਨੂ ਤੇ ਸੋਖਾ ਸੋਖਾ ਤੇ ਸੋਨੂ ਗੁੱਟ ਫੜ ਕੈਂਚੀਆਂ ਲਾਉਣ ਦੀ ਗੱਲ ਪਰ ਪੁਆਇੰਟ ਸੋਨੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੋਨੂ ਨੂੰ ਜੱਗੇ ਵੱਲੋਂ 100 ਰੁਪਇਆ ਬਾਈ ਦੀ ਨਾਲ ਹੀ ਸਾਡਾ ਮੰਗਾ ਇਟਲੀ ਵਾਲਾ ਪ੍ਰਭਜੋਤ ਤੇ ਚੰਨਾ ਨਾ ਜੀ ਗੁਰਲਾਲ ਨੂੰ ਜਿਹੜਾ ਜੱਫਾ ਪਾਵੇਗਾ ਉਹਨੂੰ ਬਾਈ 1100 ਰੁਪਇਆ ਹੋ ਗਿਆ ਲਾ ਜੀ ਸਾਹਮਣੇ ਲੱਭਾ ਇਹ ਆ ਲੱਭਾ ਬਾ ਸੱਜਣਾ ਬੜੇ ਚਿਰ ਬਾਅਦ ਲੱਭਾ ਬਹੁਤ ਸੋਹਣਾ ਜਾਫੀ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਚੱਲ ਵੀ ਦਿੱਤਾ ਤਾਂ ਫਿਰ ਕਬੱਡੀ ਸੋਹਣੀ ਖੇਡ ਦਾ ਮਾਲਕ ਮੇਰਾ ਵੀਰ ਕਬੱਡੀ ਪਾਉਂਦਾ ਹੋਇਆ ਦੀਪਾ ਬਹੁਤ ਸੋਹਣਾ ਚੰਗੇ ਮਾਰੇ ਦੋਨੇ ਯਾਰਾ ਪੁੱਛ ਕੇ
ਕਿਹੜੀ ਆਉਂਦੇ ਅੱਜ ਕੱਲ ਵਾਲੇ ਯਾਰ ਨਹੀਂ ਲੱਗੀਆਂ ਨਿਭਾਉਂਦੇ ਬਾਪੂ ਅੱਜ ਵੀ ਗੱਲਾਂ ਕਰਦਾ ਆਪਣੇ ਪੁਰਾਣੇ ਯਾਰ ਦੀਆਂ ਕਹਿੰਦਾ ਪੁੱਤਰਾ ਦੀਆਂ ਦੁਨੀਆਂ ਮੇਰੇ ਵਰਗਾ ਸਾਹ ਕੋਟ ਫਰਦਾ ਹੁੰਦਾ ਲਾ ਜੀ 1200 ਰੁਪਈਏ ਦਾ ਜੱਫਾ ਬਾਈ ਜੀ 1100 ਬੂਟੇ ਨਿਰੰਗ ਵਾਲੀਆ ਮਨੀ ਜਿੰਦਰਾ ਅੱਜ ਮੇਰੇ ਵੀਰੇ 1100 ਰੁਪਈਏ ਦੀ ਗੱਲ ਮੇਰੇ ਵੀਰੇ ਇਸ ਜੱਫੇ ਤੇ ਲੱਗ ਚੁੱਕੀ ਹੈ 1100 ਕੌਣ ਲਵੇਗਾ ਹੱਥ ਰੱਖ ਜੁੜ ਗਏ ਨੇ ਹੱਥ 1100 ਰੁਪਈਆ ਇੱਥੇ ਰੱਖ 1100 ਇੱਥੇ ਰੱਖ ਚੰਨਿਆ ਸੋਹਣੇ ਮੈਚ ਖੇਡੇ ਜਾ ਰਹੇ ਨੇ ਖੇਡਾਂ ਪਿੰਡ ਸੋਹਣਾ ਦੀਆਂ ਚਿੱਤ ਲਾ ਕੇ ਦੇਖਣੀ ਹੈ ਸਾਰੀ ਰਾਤ ਸਿੰਘਣਾ ਫੈਨਾਂ ਦੇ ਵਿੱਚ ਪਹੁੰਚ ਗਈ ਹੈ ਇਹ ਲੋਕ ਕਰੋ ਬਾਈ ਜੀ ਸਿੰਘਣਾ ਫੈਨਾਂ ਦੇ ਵਿੱਚ